ਸਤਿ ਸ਼੍ਰੀ ਅਕਾਲ ਦੋਸਤੋ, ਅੱਜ ਆਪਾਂ ਮੈਂ ਜਸਵਿੰਦਰ ਸਿੰਘ ਅੱਜ ਆਪਾਂ ਸਟਾਰਟ ਕਰਨ ਜਾ ਰਹੇ ਹਾਂ PHP ਟ੍ਰੇਨਿੰਗ। ਆਪਾਂ ਇੱਕ ਵੈਬਸਾਈਟ ਬਣਾ ਕੇ ਦੇਖਾਂਗੇ ਵੀ PHP ਦੇ ਵਿੱਚ ਲੌਗਇਨ ਵਗੈਰਾ ਆਪਾਂ ਕਿਵੇਂ ਕਰਦੇ ਹਾਂ। ਚਲੋ ਆਪਾਂ ਸਟਾਰਟ ਕਰਦੇ ਹਾਂ। PHP ਦੇ ਵਿੱਚ ਕੰਮ ਕਰਨ ਲਈ ਸਭ ਤੋਂ ਪਹਿਲਾਂ ਤੁਹਾਨੂੰ ਇੱਕ ਸਰਵਰ ਦੀ ਜ਼ਰੂਰਤ ਹੁੰਦੀ ਹੈ। ਇੱਥੇ ਆਪਾਂ ਯੂਜ਼ ਕਰ ਰਹੇ ਹਾਂ ਵੈਂਪ ਸਰਵਰ। ਤੁਸੀਂ ਵੈਬਸਾਈਟ ਦੇ ਵਿੱਚ ਗੂਗਲ ਦੇ ਵਿੱਚ ਵੈਂਪ ਲਿਖ ਕੇ ਸਰਚ ਕਰ ਸਕਦੇ ਹੋ ਅਤੇ ਇਸ ਨੂੰ ਇੰਸਟਾਲ ਕਰ ਸਕਦੇ ਹੋ ਆਪਣੀ ਮਸ਼ੀਨ ਦੇ ਉੱਪਰ। ਮੈਂ ਆਲਰੇਡੀ ਇਸ ਵੈਂਪ ਸਰਵਰ ਨੂੰ ਇੰਸਟਾਲ ਕੀਤਾ ਹੋਇਆ ਹੈ, ਇਸ ਕਰਕੇ ਆਪਾਂ ਇਸ ਨੂੰ ਸਟਾਰਟ ਕਰਾਂਗੇ ਅਤੇ PHP ਦਾ ਡਿਵੈਲਪਮੈਂਟ ਸ਼ੁਰੂ ਕਰਾਂਗੇ। ਜਦੋਂ ਵੈਂਪ ਸਰਵਰ ਪੂਰੀ ਤਰ੍ਹਾਂ ਸਟਾਰਟ ਹੋ ਜਾਏਗਾ ਤਾਂ ਇਸ ਦਾ ਜੋ ਕਲਰ ਹੈ ਉਹ ਗ੍ਰੀਨ ਕਲਰ ਦੇ ਵਿੱਚ ਤੁਸੀਂ ਇੱਥੇ ਦੇਖ ਸਕਦੇ ਹੋ। ਇਸ ਦਾ ਜੋ ਲੋਗੋ ਹੈ ਉਹ ਗ੍ਰੀਨ ਕਲਰ ਦਾ ਹੋ ਜਾਏਗਾ। ਅਗਰ ਇਹ ਜੋ ਕਲਰ ਇਸ ਦਾ ਲੋਗੋ ਕਲਰ ਜੋ ਔਰੇਂਜ ਕਲਰ ਦਾ ਹੋਇਆ ਤਾਂ ਇਸ ਦਾ ਮਤਲਬ ਇਹ ਹੈ ਕਿ ਉਸ ਦੀਆਂ ਸਾਰੀਆਂ ਸਰਵਿਸਿਸ ਸਟਾਰਟ ਨਹੀਂ ਹੋਈਆਂ। ਤੁਸੀਂ ਮੇਕ ਸ਼ੋਰ ਕਿ ਇਹ ਤੁਹਾਡਾ ਜੋ ਹੈ ਗ੍ਰੀਨ ਕਲਰ ਦਾ ਹੋ ਜਾਵੇ। ਜਿਵੇਂ ਕਿ ਵੈਬ ਸਰਵਰ ਸਟਾਰਟ ਹੋ ਚੁੱਕਿਆ ਹੈ, ਹੁਣ ਅਸੀਂ ਅੱਗੇ ਵੱਧਦੇ ਹਾਂ PHP ਵੱਲ। ਬਾਈ ਡਿਫੋਲਟ ਜੋ ਵੈਂਪ ਸਰਵਰ ਹੈ ਉਹ ਸੀ ਡਰਾਈਵ ਦੇ ਵਿੱਚ ਇੰਸਟਾਲ ਹੁੰਦਾ ਹੈ, ਤੁਸੀਂ ਦੇਖ ਸਕਦੇ ਹੋ। ਸੀ ਡਰਾਈਵ ਦੇ ਵਿੱਚ ਵੈਂਪ 64 ਨਾਮ ਦਾ, ਅਗਰ ਤੁਹਾਡਾ ਸਿਸਟਮ 64 ਬਿੱਟ ਹੈ, ਉਹਦੇ ਅੰਦਰ WW ਨਾਮ ਦੇ ਫੋਲਡਰ ਦੇ ਅੰਦਰ ਤੁਸੀਂ ਆਪਣੀ ਜੋ ਵੀ ਵਰਕਿੰਗ ਡਾਇਰੈਕਟਰੀ ਹੈ ਉਹ ਬਣਾਉਣੀ ਹੈ। ਮੈਂ PHP ਟ੍ਰੇਨਿੰਗ ਦੇ ਨਾਮ ਨਾਲ ਵਰਕਿੰਗ ਡਾਇਰੈਕਟਰੀ ਬਣਾਈ ਹੋਈ ਹੈ ਅਤੇ ਇਸ ਦੇ ਵਿੱਚ ਹੀ ਆਪਾਂ ਕੰਮ ਕਰਾਂਗੇ। ਸਭ ਤੋਂ ਪਹਿਲਾਂ ਇੱਕ ਅਸੀਂ ਥੀਮ ਡਾਊਨਲੋਡ ਕਰਾਂਗੇ ਜੋ ਕਿ ਮੈਂ ਆਲਰੇਡੀ ਕੀਤਾ ਹੋਇਆ ਹੈ। ਇਹ ਥੀਮ ਐਡਮਿਨ ਟਾਈਪ ਦਾ ਹੈ, ਅਸੀਂ ਇਸ ਨੂੰ ਦੇਖਾਂਗੇ ਅਤੇ ਇਹ ਥੀਮ ਕੁਛ ਇਸ ਤਰੀਕੇ ਦਾ ਹੈ। ਇਸ ਵਿੱਚ ਲੌਗਇਨ ਪੇਜ ਵੀ ਹੈ ਜੋ ਦੇਖਣ ਵਿੱਚ ਇਸ ਤਰੀਕੇ ਦਾ ਲੱਗਦਾ ਹੈ। ਸੋ ਅਸੀਂ ਜਦੋਂ PHP 'ਤੇ ਕੰਮ ਕਰਾਂਗੇ ਸਭ ਤੋਂ ਪਹਿਲਾਂ ਅਸੀਂ ਲੌਗਇਨ ਪੇਜ ਹੀ ਬਣਾਵਾਂਗੇ, ਕਿਉਂਕਿ ਕਿਸੇ ਵੀ ਵੈਬਸਾਈਟ ਦੀ ਜੋ ਮੇਨ ਫੰਕਸ਼ਨੈਲਿਟੀ ਹੈ ਉਹ ਲੌਗਇਨ ਅਤੇ ਰਜਿਸਟਰ ਹੀ ਹੁੰਦੀ ਹੈ। ਜਦੋਂ ਕਿ ਅਸੀਂ ਐਡਮਿਨ ਪੇਜ ਦੇ ਉੱਪਰ ਜਾਣਾ ਹੈ ਤਾਂ ਸਾਨੂੰ ਸਭ ਤੋਂ ਪਹਿਲਾਂ ਲੌਗਇਨ ਕਰਨਾ ਪਵੇਗਾ, ਉਸ ਤੋਂ ਬਾਅਦ ਹੀ ਅੱਗੇ ਦਾ ਕੰਮ ਹੋ ਸਕੇਗਾ। ਸੋ ਸਭ ਤੋਂ ਪਹਿਲਾਂ ਅਸੀਂ ਇਹ ਥੀਮ ਜੋ ਹੈ ਅਸੀਂ ਲੌਗਇਨ ਪੇਜ ਕ੍ਰੀਏਟ ਕਰਾਂਗੇ। ਅਸੀਂ ਇਸ ਲੌਗਇਨ .html ਪੇਜ ਨੂੰ ਓਪਨ ਕਰਕੇ ਦੇਖਦੇ ਹਾਂ ਕਿ ਇਸ ਦੇ ਅੰਦਰ ਕੀ ਹੈ। ਲੌਗਇਨ .php ਨੂੰ ਅਸੀਂ ਓਪਨ ਕਰਦੇ ਹਾਂ। ਇਸ ਦੇ ਅੰਦਰ ਕੁਛ ਇਸ ਤਰੀਕੇ ਦਾ HTML ਕੋਡ ਹੈ ਜੋ ਕਿ ਇੱਕ ਪੂਰੀ ਥੀਮ ਬਣ ਕੇ ਤਿਆਰ ਹੈ। PHP ਸਿੱਖਣ ਤੋਂ ਪਹਿਲਾਂ ਤੁਹਾਨੂੰ HTML ਅਤੇ CSS ਦੀ ਕੁਛ ਥੋੜ੍ਹੀ ਇਨਫੋਰਮੇਸ਼ਨ ਹੋਣੀ, ਥੋੜ੍ਹੀ ਨੌਲੇਜ ਹੋਣੀ ਜ਼ਰੂਰੀ ਹੈ। ਸੋ ਤੁਸੀਂ ਦੇਖ ਸਕਦੇ ਹੋ ਕਿ ਇਹ ਥੀਮ ਇਸ ਤਰੀਕੇ ਨਾਲ HTML ਦੇ ਵਿੱਚ ਬਣਾਇਆ ਗਿਆ ਹੈ, ਅਸੀਂ ਇਸ ਨੂੰ PHP ਦੇ ਵਿੱਚ ਵਰਤਾਂਗੇ। ਸੋ PHP ਦੇ ਵਿੱਚ ਵਰਤਣ ਲਈ ਜਿੱਦਾਂ ਕਿ ਮੈਂ ਪਹਿਲਾਂ ਤੁਹਾਨੂੰ ਦੱਸਿਆ ਹੈ ਕਿ ਸਭ ਤੋਂ ਪਹਿਲਾਂ ਤੁਸੀਂ ਇੱਕ ਡਾਇਰੈਕਟਰੀ ਬਣਾਉਣੀ ਹੈ ਜਿਵੇਂ ਮੈਂ ਬਣਾਈ ਹੈ PHP ਟ੍ਰੇਨਿੰਗ ਨਾਮ ਦੀ। ਉਸ ਤੋਂ ਬਾਅਦ ਤੁਸੀਂ ਜੋ ਆਪਣੀ ਥੀਮ ਡਾਊਨਲੋਡ ਕੀਤੀ ਹੈ ਉਸ ਦੇ ਵਿੱਚ ਜਿਹੜੇ ਤੁਹਾਡੇ ਫੋਲਡਰ ਹਨ ਉਹ ਫੋਲਡਰ ਕਾਪੀ ਪੇਸਟ ਕਰ ਰਹੇ ਹਨ ਤੁਸੀਂ ਉਸ ਵਰਕਿੰਗ ਡਾਇਰੈਕਟਰੀ ਦੇ ਵਿੱਚ ਜਿਵੇਂ ਕਿ ਮੈਂ ਇੱਥੇ ਕੀਤੇ ਹੋਏ ਹਨ। ਉਸ ਤੋਂ ਬਾਅਦ ਤੁਸੀਂ ਆਪਣਾ ਸਭ ਤੋਂ ਪਹਿਲਾ ਪੇਜ ਜੋ ਕਿ index.php ਦੇ ਨਾਮ ਨਾਲ ਬਣਦਾ ਹੈ ਉਸਨੂੰ ਕ੍ਰੀਏਟ ਕਰਨਾ ਹੈ, ਇੱਕ ਖਾਲੀ ਪੇਜ ਕ੍ਰੀਏਟ ਕਰਨਾ ਹੈ। ਉਸ ਤੋਂ ਬਾਅਦ ਉਸ ਦੇ ਉੱਪਰ ਤੁਸੀਂ ਆਪਣਾ ਜੋ ਤੁਹਾਡਾ ਲੌਗਇਨ ਪੇਜ ਦਾ ਕੋਡ ਹੈ, ਲੌਗਇਨ .html ਪੇਜ ਦਾ ਕੋਡ, ਉਹ ਸਾਰਾ ਕਾਪੀ ਕਰਕੇ ਉਸ ਦੇ ਉੱਪਰ ਪੇਸਟ ਕਰ ਦੇਣਾ ਹੈ। ਇੱਥੇ ਤੁਸੀਂ ਪੇਸਟ ਕਰ ਦੇਣਾ ਹੈ ਜਿਵੇਂ ਕਿ ਮੈਂ ਇਹ ਕੀਤਾ ਹੋਇਆ ਹੈ ਥੱਲੇ, ਇੱਥੋਂ ਲੈ ਕੇ ਇੱਥੇ ਤੱਕ ਮੈਂ ਉਹ ਸਾਰਾ ਜੋ ਕੋਡ ਹੈ ਉਸਨੂੰ ਇੱਥੇ ਪੇਸਟ ਕਰ ਦਿੱਤਾ ਹੈ। ਉਸ ਤੋਂ ਬਾਅਦ ਜੋ ਨੈਕਸਟ ਕੰਮ ਹੈ ਸਾਡਾ ਉਹ ਇਹ ਹੈ ਕਿ ਅਸੀਂ ਇਹ ਚੈੱਕ ਕਰਨਾ ਹੈ ਕਿ ਫੋਰਮ ਜਿੱਥੇ ਅਸੀਂ ਇਨਪੁੱਟ ਫੀਲਡ, ਜਿੱਥੇ ਅਸੀਂ ਟੈਕਸਟ ਬੁੱਕਸ ਲਗਾਏ ਹੋਏ ਹਨ, ਜਿੱਥੇ ਅਸੀਂ ਯੂਜ਼ਰ ਨੇਮ ਅਤੇ ਪਾਸਵਰਡ ਲਿਖਣਾ ਹੈ,
ਉਹ ਜੋ ਫੀਲਡ ਹੈ ਉਹ ਫੋਰਮ ਟੈਗ ਦੇ ਅੰਦਰ ਹੈ ਜਾਂ ਫੋਰਮ ਟੈਗ ਤੋਂ ਬਾਹਰ ਹੈ। ਅਗਰ ਫੋਰਮ ਟੈਗ ਦੇ ਅੰਦਰ ਹੈ ਤੇ ਉਸ ਦੇ ਵਿੱਚ ਮੈਥਡ ਇਕੁਅਲ ਟੂ ਪੋਸਟ ਅਤੇ ਐਕਸ਼ਨ ਲੱਗਾ ਹੋਇਆ ਹੈ। ਅਗਰ ਨਹੀਂ ਲੱਗਾ ਤਾਂ ਤੁਸੀਂ ਇਸ ਨੂੰ ਲਗਾ ਲੈਣਾ ਹੈ। ਉਸ ਤੋਂ ਬਾਅਦ ਜੋ ਨੈਕਸਟ ਕੰਮ ਹੈ ਉਹ ਇਹ ਹੈ ਕਿ ਇਨਪੁੱਟ ਟੈਗ ਦੇ ਵਿੱਚ ਨੇਮ ਨਾਮ ਦਾ ਐਟਰੀਬਿਊਟ ਹੈ ਜਾਂ ਨਹੀਂ ਹੈ। ਅਗਰ ਨਹੀਂ ਹੈ ਤਾਂ ਤੁਸੀਂ ਨੇਮ ਨਾਮ ਦਾ ਐਟਰੀਬਿਊਟ ਇਸ ਦੇ ਵਿੱਚ ਪਾ ਦੇਣਾ ਹੈ। ਜਿਵੇਂ ਪਾਸਵਰਡ ਫੀਲਡ ਦੇ ਵਿੱਚ ਵੀ ਮੈਂ ਨੇਮ ਨਾਮ ਦਾ ਐਟਰੀਬਿਊਟ ਪਾਇਆ ਅਤੇ ਯੂਜ਼ਰ ਨੇਮ ਵਿੱਚ ਵੀ ਨੇਮ ਨਾਮ ਦਾ ਐਟਰੀਬਿਊਟ ਪਾਇਆ, ਕਿਉਂਕਿ ਇਹ ਇੱਕ ਜ਼ਰੂਰੀ ਐਟਰੀਬਿਊਟ ਹੈ। ਇਹ ਸਾਨੂੰ ਜਦੋਂ ਅਸੀਂ ਇੱਥੋਂ ਪੋਸਟ ਕਰਾਂਗੇ ਤਾਂ ਇਹ PHP ਦੇ ਵਿੱਚ ਸਾਨੂੰ ਇਸ ਦੀ ਵੈਲਿਊ ਗੈਟ ਕਰਨ ਵਾਸਤੇ ਅਸੀਂ ਇਸ ਨੂੰ ਯੂਜ਼ ਕਰਾਂਗੇ। ਉਸ ਤੋਂ ਬਾਅਦ ਤੁਸੀਂ ਇਹ ਦੇਖਣਾ ਕਿ ਇਸ ਫੋਰਮ ਦੇ ਵਿੱਚ ਸਬਮਿਟ ਬਟਨ ਲੱਗਾ ਹੋਇਆ ਹੈ ਜਾਂ ਐਂਕਰ ਟੈਗ ਲੱਗਾ ਹੋਇਆ। ਅਗਰ ਐਂਕਰ ਟੈਗ ਲੱਗਾ ਹੋਇਆ ਤਾਂ ਉਸ ਟੈਗ ਦੀ ਜਗ੍ਹਾ ਤੇ ਤੁਸੀਂ ਸਬਮਿਟ ਬਟਨ ਲਗਾਉਣਾ ਹੈ ਜਿਸ ਦੀ ਟਾਈਪ ਸਬਮਿਟ ਹੋਣੀ ਚਾਹੀਦੀ ਹੈ, ਤਾਂ ਕਿ ਜਦੋਂ ਵੀ ਅਸੀਂ ਇਸ ਬਟਨ ਨੂੰ ਪ੍ਰੈਸ ਕਰੀਏ ਤੇ ਇਹ ਫੋਰਮ ਜੋ ਹੈ ਉਹ ਪੋਸਟ ਹੋ ਜਾਵੇ। ਜਿਵੇਂ ਕਿ ਅਸੀਂ ਐਕਸ਼ਨ ਦੇ ਵਿੱਚ ਕੋਈ ਐਡਰੈਸ ਨਹੀਂ ਦਿੱਤਾ ਹੋਇਆ, ਖਾਲੀ ਰੱਖਿਆ ਹੋਇਆ ਹੈ, ਤਾਂ ਇਸ ਦਾ ਮਤਲਬ ਇਹ ਹੈ ਕਿ ਇਹ ਜੋ ਫੋਰਮ ਹੈ ਇਹ ਇਸੇ ਪੇਜ ਦੇ ਉੱਪਰ ਹੀ ਪੋਸਟ ਹੋਵੇਗਾ। ਸੋ ਅਸੀਂ PHP ਦਾ ਕੁਝ ਕੋਡ ਲਿਖਦੇ ਹਾਂ ਇਸੇ ਪੇਜ ਦੇ ਉੱਪਰ। ਅਸੀਂ ਕਿਹਾ ਕਿ ਅਗਰ ਸਰਵਰ ਰਿਕੁਐਸਟ ਮੈਥਡ ਇਕੁਅਲ ਟੂ ਪੋਸਟ ਹੈ। ਸਰਵਰ ਰਿਕੁਐਸਟ ਮੈਥਡ ਦੋ ਤਰ੍ਹਾਂ ਦੇ ਹੁੰਦੇ ਹਨ, ਇੱਕ ਗੈਟ ਇੱਕ ਪੋਸਟ। ਗੈਟ ਉਦੋਂ ਜਦੋਂ ਅਸੀਂ ਆਪਣੇ ਐਡਰੈਸ ਬਾਰ ਦੇ ਵਿੱਚ ਲਿਖਦੇ ਹਾਂ ਲਾਈਕ www.google.com, ਅਤੇ ਉਹ ਸਾਡਾ ਗੈਟ ਮੈਥਡ ਹੁੰਦਾ ਹੈ ਜਦੋਂ ਫਸਟ ਟਾਈਮ ਸਾਨੂੰ ਜੋ ਪੇਜ ਹੈ ਉਹ ਦਿਖਾਈ ਦਿੰਦਾ ਹੈ। ਜਦੋਂ ਅਸੀਂ ਕੋਈ ਵੀ ਫੋਰਮ ਸਬਮਿਟ ਕਰਕੇ ਭਰ ਕੇ ਸਬਮਿਟ ਕਰਦੇ ਹਾਂ ਤਾਂ ਉਹ ਸਾਡਾ ਪੋਸਟ ਮੈਥਡ ਹੁੰਦਾ ਹੈ। ਜਿਵੇਂ ਹੀ ਅਸੀਂ ਸਬਮਿਟ ਬਟਨ ਦੇ ਉੱਪਰ ਕਲਿੱਕ ਕਰਾਂਗੇ ਸਾਡੇ ਕੋਲ ਇਹ ਪੋਸਟ ਮੈਥਡ ਦੇ ਅੰਦਰ ਆ ਜਾਏਗਾ। ਸਭ ਤੋਂ ਪਹਿਲਾਂ ਅਸੀਂ ਯੂਜ਼ਰ ਨੇਮ ਦੀ ਵੈਲਿਊ ਇੱਕ ਵੇਰੀਏਬਲ ਦੇ ਵਿੱਚ ਪਾਵਾਂਗੇ, ਫਿਰ ਪਾਸਵਰਡ ਦੀ ਵੇਰੀਏਬਲ ਵੈਲਿਊ ਇੱਕ ਵੇਰੀਏਬਲ ਦੇ ਵਿੱਚ ਪਾਵਾਂਗੇ, ਅਤੇ ਹੋਰ ਵੀ ਜਿੰਨੇ ਤੁਸੀਂ ਫੀਲਡ ਜਾਂ ਇਨਪੁੱਟ ਫੀਲਡ ਤੁਸੀਂ ਆਪਣੇ ਫੋਰਮ ਦੇ ਉੱਪਰ ਲਏ ਹੋਣਗੇ ਉਹਨਾਂ ਨੂੰ ਅਸੀਂ ਆਪਣੇ ਇੱਕ ਵੇਰੀਏਬਲ ਦੇ ਵਿੱਚ ਸਟੋਰ ਕਰਵਾਵਾਂਗੇ ਰਿਸਪੈਕਟਿਵਲੀ। ਮੈਂ ਇਹ ਦੇਖਣਾ ਹੈ, ਇਸ ਤੋਂ ਪਹਿਲਾਂ ਸਾਨੂੰ ਇੱਕ ਡਾਟਾਬੇਸ ਕ੍ਰੀਏਟ ਕਰਨਾ ਪਵੇਗਾ ਕਿ ਜਿੱਥੇ ਅਸੀਂ ਇਹ ਸਾਰਾ ਡਾਟਾ ਸਟੋਰ ਕਰਵਾਉਣਾ ਹੈ ਜਾਂ ਚੈੱਕ ਕਰਵਾਉਣਾ ਹੈ। ਇਸ ਲਈ ਸਾਨੂੰ ਓਪਨ ਕਰਨਾ ਪਵੇਗਾ ਆਪਣਾ ਬਰਾਊਜ਼ਰ। ਬਰਾਊਜ਼ਰ ਦੇ ਵਿੱਚ ਸਾਨੂੰ ਲਿਖਣਾ ਪਵੇਗਾ ਲੋਕਲ ਹੋਸਟ /PHP ਮਾਈ ਐਡਮਿਨ। ਜਦੋਂ ਇਹ ਪਹਿਲਾ ਪੇਜ ਖੁੱਲ੍ਹੇਗਾ ਇਸਦਾ ਡਿਫੋਲਟ ਯੂਜ਼ਰ ਨੇਮ ਰੂਟ ਹੁੰਦਾ ਹੈ ਅਤੇ ਪਾਸਵਰਡ ਕੁਛ ਵੀ ਨਹੀਂ ਹੁੰਦਾ, ਇੱਥੇ ਖਾਲੀ ਰਹਿੰਦਾ ਹੈ। ਤੁਸੀਂ ਗੋ ਦਾ ਬਟਨ ਕਲਿੱਕ ਕਰੋਗੇ, ਨਿਊ 'ਤੇ ਕਲਿੱਕ ਕਰੋਗੇ, ਇੱਥੇ ਤੁਸੀਂ ਡਾਟਾਬੇਸ ਦਾ ਨਾਮ ਦਿਓਗੇ। ਜਿਵੇਂ ਮੈਂ ਆਲਰੇਡੀ ਡਾਟਾਬੇਸ ਦਾ ਨਾਮ ਦੇ ਚੁੱਕਿਆ ਹਾਂ ਕਾਰ ਰੈਂਟਲ ਸਰਵਿਸਿਸ। ਮੈਂ ਤੁਹਾਨੂੰ ਇੱਥੇ ਹੋਰ ਕੁਛ ਨਾਮ ਦੇ ਕੇ ਦਿਖਾ ਸਕਦਾ ਹਾਂ ਜਿਵੇਂ ਡੈਮੋ ਡਾਟਾ ਨਾਮ ਦਾ ਸਾਡਾ ਡਾਟਾਬੇਸ ਹੈ, ਕ੍ਰੀਏਟ ਕੀਤਾ ਆਪਾਂ। ਕ੍ਰੀਏਟ ਕਰਨ ਤੋਂ ਬਾਅਦ ਉਸਨੇ ਪੁੱਛਿਆ ਕਿ ਕ੍ਰੀਏਟ ਟੇਬਲ, ਤੁਸੀਂ ਇੱਥੇ ਕ੍ਰੀਏਟ ਟੇਬਲ ਕ੍ਰੀਏਟ ਕਰਨਾ ਹੈ। ਜਿਵੇਂ ਮੈਂ ਯੂਜ਼ਰ ਨਾਮ ਦਾ ਟੇਬਲ ਕ੍ਰੀਏਟ ਕਰ ਸਕਦਾ ਹਾਂ। ਯੂਜ਼ਰ ਨਾਮ ਦਾ ਟੇਬਲ ਕ੍ਰੀਏਟ ਕਰਨ ਤੋਂ ਬਾਅਦ ਅਸੀਂ ਸਾਡਾ ਟੇਬਲ ਕ੍ਰੀਏਟ ਹੋ ਗਿਆ। ਟੇਬਲ ਕ੍ਰੀਏਟ ਹੋਣ ਤੋਂ ਬਾਅਦ ਉਸਨੇ ਸਾਡੇ ਤੋਂ ਕੋਲਮ ਮੰਗਣੇ ਹਨ। ਜਿਵੇਂ ਮੈਂ ਪਹਿਲਾ ਕੋਲਮ ਜੋ ਹੈ ਉਹ ID ਨਾਮ ਦਾ ਰੱਖਦੇ ਹਾਂ, ਜੋ ਆਟੋ ਇਨਕਰੀਮੈਂਟ 1x1 ਉਸਦੇ ਵਿੱਚ ਇਨਕਰੀਮੈਂਟ ਹੁੰਦਾ ਰਹੇਗਾ, ਅਤੇ ਉਹ ਪ੍ਰਾਇਮਰੀ ਕੀ ਹੋਵੇਗਾ। ਮਤਲਬ ਕਿ ਇਹ ਇੱਕ ਯੂਨੀਕ ਫੀਲਡ ਹੈ ਸਾਡੇ ਡਾਟਾਬੇਸ ਦੇ ਵਿੱਚ। ਉਸ ਤੋਂ ਬਾਅਦ ਯੂਜ਼ਰ ਨੇਮ, ਫਿਰ ਪਾਸਵਰਡ। ਯੂਜ਼ਰ ਨੇਮ ਸਾਡਾ ਵੈਰਕੈਟ ਟਾਈਪ ਦਾ ਹੋਵੇਗਾ। ਅਸੀਂ ਇਸਨੂੰ ਇਹਦੀ ਲੈਂਥ ਜੋ ਹੈ 500 ਕਰੈਕਟਰ ਦੀ ਦਿਆਂਗੇ। ਪਾਸਵਰਡ ਵੀ ਸੇਮ ਅਸੀਂ 500 ਕਰੈਕਟਰ ਦਾ ਹੀ ਦਿਆਂਗੇ। ਫਿਲਹਾਲ ਮੈਂ ਇਸ ਡਾਟਾਬੇਸ ਦੇ ਵਿੱਚ ਸਿਰਫ ਅਤੇ ਸਿਰਫ 2 ਫੀਲਡ ਲੈ ਰਿਹਾ ਹਾਂ। ਤੁਸੀਂ ਇਹ ਦੇਖੋਗੇ ਕਿ ਸਟਰਕਚਰ ਦੇ ਵਿੱਚ ਜਾ ਕੇ ਕਿ ਇੱਥੇ ਸਾਡਾ ਯੂਜ਼ਰ ਨਾਮ ਦਾ ਇੱਕ ਟੇਬਲ ਬਣ ਚੁੱਕਿਆ ਹੈ।
अगर तुसी स्ट्रक्चर के देखोगे तो यूजर नेम तो पासवर्ड के नाम के दो फील्ड और एक आई डी जो कि साडा आटो इनक्रीमेंट है आइडेंटिटी फील्ड है वो इस टेबल में तुहानू नज़र आएंगे। अगर तुसी इस टेबल का डाटा टाइप देखना चाहते हो तो ब्राउज बटन के उपर क्लिक करो। हले फिलहाल इस विच कुछ भी डाटा नहीं है तो इस ये साढ़े सामने कोई भी डाटा नहीं आएगा। अगर तुसी डाटा इंसर्ट करना चाहते हो तो तुसी इंसर्ट टैब पर क्लिक करके इस डाटा पा सकते हो। मैं डाटा इस विच पा रहा हाँ एडमिन एडमिन यूजर नेम तो पासवर्ड मैं एडमिन एडमिन इस विच पा दिता है जो कि साडा एक डिफॉल्ट यूजर है। तुसी देख सकते हो कि यूजर इत्थे आ चुका है उसकी आई डी 1 है। सो सारा डाटाबेस बन के तैयार हो चुका है। हुण आपां इस डाटाबेस नूं इंप्लीमेंट करते हाँ। सब तो पहला आपां लॉगिन करवाना है। लॉगिन दे विच असी ये चैक करना है कि जो साडा यूजर नेम ते पासवर्ड असी पाया है वो साडे डाटाबेस दे विच एग्जिस्ट करता है कि नहीं। इसलिए सानूं SQL की क्वेरी लगानी पेगी। SQL की क्वेरी दे विच असी लिखांगे सिलेक्ट आई डी फ्रॉम यूजरस जो साडे टेबल का नाम है वेयर यूजर नेम इक्वल टू जो असी यूजर नेम टैक्सट बॉक्स के विच पाया है एंड पासवर्ड इक्वल टू जो असी पासवर्ड फील्ड दे विच पाया है। सो ये साडी क्वेरी जो है वो बन गई। अगर दोनों ही यूजर नेम अते पासवर्ड दोनों ही साडे डाटाबेस दे विच एग्जिस्ट होणगे तो ये सानू एक रिकॉर्ड रिटर्न करेगा। अगर ये रिकॉर्ड सानू रिटर्न नहीं करता इसका मतलब कि साडे डाटाबेस दे विच वो यूजर नेम ते पासवर्ड नहीं हन। इस तो पहला सानू ये दसना पेगा कि ये किस डाटाबेस के नाल असी कनैक्ट करना है क्योंकि साढ़े डाटाबेस के विच क्योंकि साढ़े वैबसाइट के विच असी एक पेजिस के उपर एको ही डाटा बेस को कनैक्ट करना होंदा। इस करके असी डाटाबेस की जो सैटिंग कनैक्शन सैटिंग है उसनों असी कॉमन जगह के कॉमन पेज के उपर रखते हाँ ताकि असी सानू वार वार वो कनैक्शन जो है डाटाबेस के नाल स्टेबल ना करना पवे सानू वार वार वो कोड ना लिखना पवे। इस करके असी कोड रीयूजेबिलिटी वास्ते असी उसनों एक वक्रे पेज पर लिखते हाँ। मैं ये लिखा है डाटाबेस का सर्वर। डाटाबेस का सर्वर साडा लोकल होस्ट है। डाटाबेस का डिफॉल्ट यूजर नेम रूट है। पासवर्ड जो है वो खाली है। डाटाबेस का नेम जो मैं कार रेंटल सर्विस रखा सी वो कार रेंटल सर्विस है। आप इतने चेंज कर लेंगे हाँ जो असी हुण रखा हुआ है डेमो डाटाबेस। डेमो डाटा जो असी हुणे हुणे क्रिएट किया असी इस नाल कनैक्ट कर जा रहे हैं उसनों। इतने तुसी डाटाबेस का नाम लिख दो। डाटाबेस का नाम लिखने के नाल ये MySQL कनैक्ट क्वेरी के नाल ये डाटाबेस तुहाडा है जो तुहाडे लॉगिन पेज के नाल कनैक्ट हो जाएगा। इस तो बाद ये जो आप सिलेक्ट की क्वेरी इस दे विच चलाई है वो सानू डाटाबेस दे विच रिजल्ट फैच करके देवेगी। असी ये चैक करांगे कि जो रिजल्ट का अकाउंट है कितनियां रो साडे कोल सिलेक्ट होके आईया हन। बाय डिफॉल्ट एक रो ही सिलेक्ट होके आएगी वो भी जे तुहाडा यूजर नेम ते पासवर्ड सही होया। अगर यूजर नेम ते पासवर्ड सही होया ਤਾਂ ਅਸੀਂ ਇਹ ਕਵਾਂਗੇ ਕਿ ਜੋ ਯੂਜ਼ਰ ਨੇਮ ਹੈ ਉਸਨੂੰ ਇੱਕ ਸੈਸ਼ਨ ਦੇ ਵਿੱਚ ਸਟੋਰ ਕਰ ਲਿਆ ਜਾਵੇ। ਸੈਸ਼ਨ ਇੱਕ ਅਜਿਹਾ ਵੇਰੀਏਬਲ ਹੁੰਦਾ ਹੈ ਜਿਸ ਨੂੰ ਤੁਸੀਂ ਵੈਬਸਾਈਟ ਦੇ ਹਰ ਪੇਜ ਦੇ ਉੱਪਰ ਐਕਸੈਸ ਕਰ ਸਕਦੇ ਹੋ। ਸੈਸ਼ਨ ਨੂੰ ਐਕਸੈਸ PHP ਦੇ ਵਿੱਚ ਸੈਸ਼ਨ ਨੂੰ ਐਕਸੈਸ ਕਰਨ ਵਾਸਤੇ ਤੁਹਾਨੂੰ ਇੱਕ ਸੈਸ਼ਨ ਅੰਡਰਸਕੋਰ ਸਟਾਰਟ ਨਾਮ ਦਾ ਵੇਰੀਏਬਲ ਹੈ जो तुहानू हर पेज के उपर कॉल करना पैंदा है क्योंकि असी कन्फिग डॉट PHP फाइल हर पेज के उपर कॉल कर जा रहे हाँ। इस करके असी सैशन अंडरस्कोर स्टार्ट जो कीवर्ड है वो असी इस फाइल के एक बार कॉल कर लिया है और उस तो बाद कन्फिग डॉट PHP जिहड़ी फाइल है उसनू इनकलूड कर लिया है हर पेज के उपर। इत्थे मैं सैशन स्टार्ट कर लिया। सैशन का नेम है लॉगिन यूजर। उस दे विच वैल्यू जो पवाई है वो यूजर नेम पवाई हुई है। उस तो बाद मैं हैडर डॉट रीडायरेक्ट इस पेज नू होम पेज के उपर होम डॉट PHP के उपर मैं रीडायरेक्ट कर दिता है। ओके इस तो बाद होम डॉट PHP के विच मैं थीम तो अपना कोड चुक के जो मैं थीम डाउनलोड की सी उसका इंडैक्स पेज का कोड चुक के इस दे उपर मैं पेस्ट कर दिता है। ये होम डॉट PHP का कोड है।
उस तो बाद मैं एक लोगोट का पेज बनाया। लोगोट पेज के मैं क्या किया सैशन डॉट स्टार्ट किया। सैशन डॉट स्टार्ट करन तो बाद मैं सैशन अंडरस्कोर डिस्ट्रॉय मैं इस सैशन डिस्ट्रॉय करता जो सैशन मैं क्रिएट किया उस डिस्ट्रॉय करता क्योंकि हूँ उस वैल्यू सेव नहीं है। जो वैल्यू मैं इतने सेव की सैशन के डिस्ट्रॉय करन तो बाद वो वैल्यू जो है वो खत्म हो जाएगी। खत्म होने तो बाद मैं उसनू इंडेक्स पेज पर वापस इस पेज के उत्ते मैं रिडायरेक्ट कर दिता। रिडायरेक्ट करन ते ये दोबारा लॉगिन की कंडीशन स्टेट के आ गया। हूँ आप इस चला के देखते हैं। इस चला मैं लिखांगा लोकल होस्ट स्लैश पी एच पी ट्रेनिंग। PHP ट्रेनिंग डॉट इंडेक्स ये मेरा पेज जो मैं इंडेक्स डॉट PHP दे विच क्रिएट किया होया है वो पेज ये खुल गया। इस दे विच मैं एडमिन पासवर्ड 123 पा के लॉगिन करने की कोशिश करता हाँ तो ये मैं कहता है यूजर नेम पासवर्ड इनवैलिड। क्यों? क्योंकि उसने ये चैक किया अगर यूजर नेम तो पासवर्ड इक्वल होएगा डाटाबेस के विच तां ही ये लॉगिन होएगा। पर साढ़े को डाटाबेस के विच की है यूजर टेबल के विच एडमिन यूजर नेम भी एडमिन है पासवर्ड भी एडमिन है। सो असी एडमिन पा के देखते हैं एडमिन पाने तो बाद ये साढ़े को होम पेज के उत्ते रिडायरेक्ट हो गया जो असी फ्लो तैयार कर जा रहे हैं। ये साढ़ा होम पेज हो गया क्योंकि असी एक एडमिन टैंपलेट के उत्ते काम कर रहे हैं इस करके अगर असी यूजर रजिस्टर भी करना है तो वह लॉगिन होने तो बाद ही हो सकता है क्योंकि असी एडमिन पर काम कर रहे हैं। एडमिन ही यूजर नूं रजिस्टर कर सकता है इस करके मैं एक होर पेज बनाया हुआ है जो है रजिस्टर डॉट पी एच पी। हम आप रजिस्टर डॉट पी एच पी देखते हैं उस विच की है रजिस्टर डॉट पी एच पी दे विच मैं एक यूजर नेम लिया उस तुसी कुछ भी पा सकते हो ईमेल एड्रेस या यूजर नेम उस तो बाद पासवर्ड ते कन्फर्म पासवर्ड। मैं इत्थे तीन फील्ड ले हैं। चलो आओ यदा आप कोड देखते हाँ मैं कोड के लिया हुआ है रजिस्टर डॉट पी एच पी पेज के मैं सेम एडमिन वाला जो थीम से उसनों मैं इस पेस्ट किया। पेस्ट करन तो बाद मैं ये तीन फील्ड फॉर्म के अंदर तीन फील्ड मैं क्रिएट किए। ये साड़ा फॉर्म है। फॉर्म का मैथड जो है पोस्ट है एक्शन है। ये अंदर एक इनपुट फील्ड है जिसका नाम यूजर नेम है एक पासवर्ड फील्ड है एक कन्फर्म पासवर्ड फील्ड है तो सबमिट बटन है। जो मैं इसको सबमिट करांगा ये तीनों वैल्यू जो ने मेरे को पी एच पी के जाएगियाँ आओ देखते हाँ किमें। जो मैं सबमिट किया इसको सबमिट करन तो बाद मैं यूजर नेम की वैल्यू गैट की पासवर्ड की वैल्यू गैट की कन्फर्म पासवर्ड की वैल्यू गैट की पासवर्ड तो कन्फर्म पासवर्ड अगर एक दूसरे के इक्वल नहीं हैं तो मैं ये डिस्प्ले करवाया कि पासवर्ड एंड कन्फर्म पासवर्ड मिसमैच कि वो एक दूसरे ना मैच नहीं करते इस करके तुसी उसको दोबारा पाओ। उस तो बाद अगर वो दोनों सही हैं एल्स केस दे विच मैं किया इंसर्ट इनटू यूजर यूजर नेम एंड पासवर्ड वैल्यूज़ जो मैं उत्थों वैल्यू पास करवाइया माई यूजर नेम एंड पासवर्ड। उस तो बाद मैं क्वेरी को एग्जीक्यूट कर दिता। एग्जीक्यूट करन तो बाद अगर वो क्वेरी सक्सैसफुली एग्जीक्यूट हो जाती है तो मैं ये कहांगा कि न्यू कोड जो है वो इंसर्ट हो चुका है। अगर वो क्वेरी एग्जीक्यूट नहीं होंगी फिर मैं ये डिस्प्ले करना पड़ेगा कि वो क्यों नहीं होंगी तो उस दे विच की एरर आया है सिक्वल एरर। ये सी साडा रजिस्टर्ड का को रजिस्टर न्यू यूजर रजिस्टर करन दा कोड। एक चीज़ इत्थे मैं तुहानू होर दसना चाहांगा मैं इस दे टॉप दे उपर
मैं इस कोड नू जो ऊपर कोड लिखा है इसनों मैं कमेंट कर देता हाँ, तो फिर मैं तुम्हें दिखाना हाँ इस कोड का की मतलब है, तो ये क्यों जरूरी है, तो कितने ये लगाया जा सकता है। इस तो पहले आप रजिस्टर करके देखते हाँ, आप रजिस्टर के ईमेल आई डी पा दें, उस तो बाद आप यूजर नेम पाने पासवर्ड पाने 123 कन्फर्म पासवर्ड 1234 तो आप इसको चैक किया, ये कहता है पासवर्ड मिसमैच। चलो आप हम इस सही पासवर्ड पा के देखते हैं 1 2 3 1 2 3। उस तो बाद आप इसको लॉगिन पर क्लिक कर दें, न्यू रिकॉर्ड सक्सैसफुली क्रिएटेड। सो आप इतने जाके देखते हैं कि रिकॉर्ड क्रिएट होया है कि नहीं। यस, साढ़े को एक नवा रिकॉर्ड जो है वो इंसर्ट हो चुका है। इसका मतलब कि साढ़ा जो रजिस्टर वाला पेज है वो सक्सैसफुली काम कर रहा है। आओ हूँ मैं तुम्हें एक चीज़ दसना चाहता हाँ कि आप इसको लॉग आउट करते हैं। लॉग आउट हूँ, ये पेज लॉग आउट हो चुका है। लॉग आउट होने तो बाद अगर मैं दोबारा होम पेज के उपर जाना तो ये पेज दोबारा ओपन हो गया है, जबकि ये पेज दोबारा ओपन नहीं होना चाहिए। अगर कोई भी यूजर लॉग इन नहीं हैगा तो वो इस पेज नू एक्सेस ना कर पाए। इस चीज़ नू चेक करने लिए असं इस दे उपर एक कोड लगाया है, इफ जो यूज़र का सैशन है वो सैट नहीं होया नोट इक्वल टू, इसका मतलब होंदा है कि सैट नहीं होया नोट इक्वल टू सैट नहीं होया, तो उस पेज नू वापस तुसी जिथे तुसी लॉगिन करना है, जिवें कि मेरा लॉगिन का पेज जो है वो इंडेक्स डॉट PHP है, जो फस्ट पेज है मेरा लॉगिन का ही है, उत्थे रीडायरेक्ट कर दिता जाए। सो हुण आपां इस नू चला के देखते हैं, रजिस्टर के पेज में असं रिफ्रैश करते हैं तो ये वापस इंडेक्स पेज के उत्ते आ गया है। हम असं दोबारा ट्राई करते हैं रजिस्टर डॉट PHP, तो मैं दोबारा लिख के एंटर किया, ये वापस इस पेज के उपर ही आ गया। सो ये साडा एक प्रोसैस। इस दे विच एक होर चीज़ है जो मैं तुम्हें दसना चाहता हाँ, वो ये कि हूँ जिमें आप एक होम पेज बनाया है, होम पेज के उत्ते कुछ कॉमन कोड है जिसनों असी कह दें जो हर पेज के उत्ते रिपीट होना है कोड, जिमें कि आला कोड हैडर का कोड ये साढ़े पेज पर रिपीट होना है। उस तो बाद साढ़े पेज पर जिमें मैन्यू बार्स ने आप लॉगिन करते हैं, जिमें आ ए वाली मैन्यू बार, लैफ्ट हैंड साइड वाली ब्लू वाली मैन्यू बार, वाइट वाली मैन्यू बार, ये साढ़े कॉमनली वैबसाइट के जो मैन्यू बार ने यह रिपीट होंदिया हैं। इस करके PHP असी इसनों भी कॉमन फाइलों के बाहर कढ लेंदे हाँ। चलो हुण आपां इसनों बाहर कढ के देखते हाँ कि इसनों आपां किवें बाहर कढ सकते हाँ। सब तो पहला आपां एक नवा पेज बनाते हाँ, हैडर डॉट PHP के नाम नाल, क्योंकि असी हैडर बना रहे हाँ। एक पेज आप बनाते हाँ फूटर डॉट PHP के नाम नाल, फूटर डॉट PHP के नाम नाल हैडर के असी हैडर का कोड पावे, तो फूटर के फूटर का कोड पावे। देखते हाँ किवें ये काम कर सकते हाँ। आप तुसी होम पेज पर आ जाओ, तुसी ये डिसाइड कर लो कि केड़ा कोड तुसी हैडर दे विच रखना है, तो केड़ा कोड तुसी फूटर दे विच रखना है। जिवें मैं ये डिसाइड किया होया है कि मैं ए वाला जो सारा कोड है ये मेरा कंटेंट पेज होएगा, ए वाला मेरा जो कोड है लैफ्ट हैंड साइड ते अपर टॉप बार ये हैडर दे विच जाएगा। सो मैं डैशबोर्ड जो है मेरा डैशबोर्ड तो उपर ये मेरा जो कंटेंट पेज है
ਇੱਥੇ ਉਹਨਾਂ ਨੇ ਲਿਖਿਆ ਹੈ ਕਿ ਯੋਰ ਪੇਜ ਬਿਗੇਨ ਕੰਟੈਂਟ ਇੱਥੋਂ ਸਟਾਰਟ ਹੁੰਦਾ ਹੈ ਤੁਹਾਡਾ। ਮੈਂ ਇਸ ਨੂੰ ਮਿਨੀਮਾਈਜ਼ ਕਰ ਦਿਆਂਗਾ ਅਤੇ ਇਸ ਤੋਂ ਉੱਪਰ ਵਾਲਾ ਜੋ ਮੇਰੇ ਕੋਲ ਹੈ ਉਹ ਸਾਰਾ ਹੈਡਰ ਹੈ, ਮੈਂ ਇਸ ਨੂੰ ਕੱਟ ਕਰ ਲਵਾਂਗਾ ਇੱਥੋਂ ਅਤੇ ਇਸ ਨੂੰ ਹੈਡਰ ਦੇ ਵਿੱਚ ਮੈਂ ਪੇਸਟ ਕਰ ਦਿਆਂਗਾ। ਹੈਡਰ ਵਾਲੇ ਪੇਜ ਨੂੰ ਆਪਾਂ ਓਪਨ ਕਰ ਲੈਂਦੇ ਹਾਂ, ਪੇਸਟ ਕਰ ਦਿੱਤਾ ਹੈ ਅਤੇ ਸੇਮ ਮੈਂ ਉਸੇ ਪੇਜ ਦੇ ਉੱਪਰ ਜਾ ਕੇ ਇਸ ਨੂੰ ਮੈਂ ਕੋਲੈਪਸ ਕਰਾਂਗਾ ਅਤੇ ਜਿੱਥੇ ਇਹ ਕੰਟੇਨਰ ਜੋ ਹੈ ਮੇਰਾ ਬੰਦ ਹੁੰਦਾ ਹੈ ਉਸ ਤੋਂ ਥੱਲੇ ਵਾਲਾ ਜੋ ਵੀ ਸਾਰਾ ਕੰਟੈਂਟ ਹੈ ਉਹ ਮੇਰਾ ਫੂਟਰ ਹੈ। ਮੈਂ ਉਸਨੂੰ ਕੰਟਰੋਲ ਐਕਸ ਕੀਤਾ ਅਤੇ ਉਸ ਤੋਂ ਬਾਅਦ ਮੈਂ ਆਪਣੇ ਫੂਟਰ ਵਾਲੇ ਪੇਜ ਦੇ ਵਿੱਚ ਉਸਨੂੰ ਪੇਸਟ ਕਰ ਦਿਆਂਗਾ ਫੂਟਰ। ਹੁਣ ਜੋ ਮੇਰਾ ਕੋਮਨ ਕੋਡ ਸੀ ਉਹ ਦੋਨੋਂ ਜੋ ਕੋਮਨ ਕੋਡ ਸੀ ਹੈਡਰ ਅਤੇ ਫੂਟਰ ਦਾ ਉਹ ਬਾਹਰ ਆ ਚੁੱਕਿਆ ਹੈ। ਸੋ ਇਸ ਕੇਸ ਦੇ ਵਿੱਚ ਮੈਨੂੰ ਇਹ ਕੋਡ ਵਾਰ ਵਾਰ ਲਿਖਣਾ ਨਹੀਂ ਪਏਗਾ, ਮੈਨੂੰ ਸਿਰਫ ਥੋੜ੍ਹਾ ਜਿਹਾ ਕੰਮ ਕਰਨਾ ਪਏਗਾ ਕਿ ਮੈਨੂੰ ਜੋ ਇਹ ਹੈਡਰ ਅਤੇ ਫੂਟਰ ਹੈ ਉਹ ਮੇਰੇ ਆਪਣੇ ਪੇਜ ਦੇ ਉੱਪਰ ਇਨਕਲੂਡ ਕਰਨਾ ਪਏਗਾ। ਚਲੋ ਆਪਾਂ ਦੇਖਦੇ ਹਾਂ ਕਿ ਇਸ ਨੂੰ ਆਪਾਂ ਕਿੱਦਾਂ ਕਿਸ ਤਰੀਕੇ ਇਨਕਲੂਡ ਕਰਨਾ ਹੈ। ਇਸ ਨੂੰ ਆਪਾਂ ਇੱਥੇ ਇਨਕਲੂਡ ਕਰ ਦਿੰਦੇ ਹਾਂ, ਇਹ PHP ਟੈਗ ਦੇ ਅੰਦਰ ਜਾਏਗਾ ਇਨਕਲੂਡ ਕਰਨ ਵਾਸਤੇ, ਕਿਉਂਕਿ ਇਹ PHP ਦਾ ਕੋਡ ਹੈ। ਸੋ ਇਸ ਤਰੀਕੇ ਆਪਾਂ ਇਸ ਨੂੰ ਇਨਕਲੂਡ ਕਰ ਰਹੇ ਹਾਂ। ਇੱਥੇ ਤੁਸੀਂ ਆਪਣੀ ਫਾਈਲ ਦਾ ਨਾਮ ਲਿਖ ਦਿਓ header.php। ਸੇਮ ਅਸੀਂ ਫੂਟਰ ਦੇ ਉੱਤੇ ਵੀ ਇਨਕਲੂਡ ਕਰਨਾ ਹੈ, ਫੂਟਰ ਦੇ ਉੱਤੇ ਵੀ ਅਸੀਂ footer.php। ਸੋ ਦੇਖਦੇ ਹਾਂ ਕਿ ਆਪਣੇ ਕੁਛ ਚੇਂਜਿਸ ਹੋਈ ਹੈ ਕਿ ਨਹੀਂ। ਅਸੀਂ ਦੇਖ ਸਕਦੇ ਹਾਂ ਕਿ ਸਾਡੇ ਕੋਲ ਜੋ ਪੇਜ ਹੈ ਉਹ ਰੀਫਰੈਸ਼ ਹੋ ਚੁੱਕਿਆ ਹੈ ਅਤੇ ਇਸ ਦੇ ਵਿੱਚ ਕੋਈ ਵੀ ਚੇਂਜਿਸ ਨਹੀਂ ਆਇਆ, ਪਰ ਸਾਡਾ ਕੋਡ ਜੋ ਹੈ ਉਹ ਸਹੀ ਜਗ੍ਹਾ ਪਹੁੰਚ ਚੁੱਕਿਆ ਹੈ। ਸੇਮ ਪੇਜ ਦੇ ਉੱਤੇ ਅਸੀਂ ਰਜਿਸਟਰ ਪੇਜ ਦੇ ਉੱਪਰ ਵੀ ਕੋਡ ਜੋ ਹੈ ਸਾਡੇ ਕੋਲ ਸੇਮ ਹੀ ਹੈ। ਰਜਿਸਟਰ ਪੇਜ ਦੇ ਵਿੱਚ ਵੀ ਅਸੀਂ ਦੇਖ ਸਕਦੇ ਹਾਂ ਕਿ ਸੇਮ ਹੈਡਿੰਗ ਅਤੇ ਹੈਡਰ ਅਤੇ ਫੂਟਰ ਹਨ। ਸੋ ਇਹ ਵੀ ਸਾਨੂੰ ਇਸ ਦੇ ਉੱਤੇ ਸਾਡੇ ਕੋਲ ਰਿਪੀਟਡ ਕੋਡ ਲਿਖਿਆ ਹੋਇਆ ਹੈ, ਤੁਸੀਂ ਦੇਖ ਸਕਦੇ ਹੋ ਇੱਥੇ ਰਿਪੀਟਡ ਕੋਡ ਹੈ ਇਹ ਸਾਰਾ। ਇਸ ਕੋਡ ਨੂੰ ਵੀ ਸਾਨੂੰ ਖਤਮ ਕਰਨਾ ਪਵੇਗਾ ਕਿਉਂਕਿ ਅਸੀਂ ਨਹੀਂ ਚਾਹੁੰਦੇ ਕਿ ਵਾਰ ਵਾਰ ਸਾਨੂੰ ਨੈਵੀਗੇਸ਼ਨ ਜਾਂ ਮੈਨਿਊ ਬਾਰ ਦੇ ਵਿੱਚ ਵਾਰ ਵਾਰ ਵੈਲਿਊਜ਼ ਚੇਂਜ ਕਰਨੀਆਂ ਪੈਣ ਹਰ ਪੇਜ ਦੇ ਉੱਪਰ ਜਾ ਕੇ। ਇਸ ਕਰਕੇ ਅਸੀਂ ਇਸ ਨੂੰ ਕੋਮਨ ਪੇਜ ਦੇ ਉੱਪਰ ਹੀ ਰੱਖਣਾ ਪਸੰਦ ਕਰਾਂਗੇ। ਸੋ ਇਹ ਇੱਥੇ ਤੱਕ ਇਹ ਇਸ ਦਾ ਹੈਡਰ ਹੈ, ਇੱਥੇ ਪੇਸਟ ਕਰ ਦਿਓ ਹੈਡਰ ਕੰਟੈਂਟ। ਹੋਮ ਪੇਜ ਤੋਂ ਵੈਲਿਊ ਤੁਸੀਂ ਕਾਪੀ ਕਰ ਲਓ ਅਤੇ ਫੂਟਰ ਸਾਡਾ ਜੋ ਹੈ ਉਹ ਇਸ ਤੋਂ ਬਾਅਦ ਅੱਗੇ ਵਾਲਾ ਸਾਰਾ ਫੂਟਰ ਹੈ। ਇਸ ਤਰ੍ਹਾਂ ਕਰਨ ਨਾਲ ਜੋ ਹੈਡਰ ਅਤੇ ਫੂਟਰ ਦੇ ਵਿੱਚ ਅਗਰ ਤੁਸੀਂ ਕੁਝ ਚੇਂਜਿਸ ਕਰਦੇ ਹੋ ਤਾਂ ਉਹ ਸਾਰੇ ਪੇਜਸ ਦੇ ਉੱਪਰ ਕੋਮਨਲੀ ਰਿਫਲੈਕਟ ਹੋ ਜਾਣਗੀਆਂ। ਇਹ ਸੀ ਸਾਡਾ ਲੋਗਿਨ ਸਿਸਟਮ। ਅਗਲੀ ਵੀਡੀਓ ਦੇ ਵਿੱਚ ਆਪਾਂ ਇੱਕ ਕਾਰ ਰੈਂਟਲ ਦੀ ਵੈਬਸਾਈਟ ਬਣਾਵਾਂਗੇ। ਸੋ ਇਸੇ ਦੇ ਵਿੱਚ ਹੀ ਅੱਗੇ ਆਪਾਂ ਕੰਮ ਕਰਾਂਗੇ। ਸੋ ਅਗਰ ਤੁਸੀਂ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਸ਼ੇਅਰ ਕਰੋ ਆਪਣੇ ਦੋਸਤਾਂ ਨੂੰ, ਇਸ ਦੇ ਨਾਲ ਜੋੜੋ। ਸੋ ਸਤਿ ਸ਼੍ਰੀ ਅਕਾਲ।